होती है सतगुरा Oh,
दस लाख लाल मना चारिया ने लाया जी श्री गुरु ग्रंथ साहिब जी के चरणों में सुशोभित हो रही सत्संग जी को आओ सब तो पहले सारी संगत सारिया भैन सारे वीर रचना पवित्र करो और सतगुरां की बख्शी हुई फतेह प्रदान करो। गज के बोलो वाहेगुरु जी का खालसा वाहेगुरु जी की फतेह। अज का समागम शुकराने का समागम है। सरदार साहब सरदार सुखदेव सिंह जी का परिवार सरदार परमजीत सिंह जी उन्होंने छोटे वीर जिंदगी विच कई बार मुश्किल आउंदियां ने दुख आउंदे ने सुख आउंदे ने क्योंकि मनुखा जाना है परमेश्वर की मर्यादा है। वीर जी का एक्सीडेंट होया अकाल पुरख ने हाथ दे के रखा जिंदगी बख्शी वाहेगुरु का लख लख धन्यवाद किया गया है। इस परिवार ने शुकराने वजो तीन दिन घर में रब्बी बाणी के प्रवाह चलाए हैं। श्री गुरु अर्जन देव जी महाराज कहते हैं भोग दुखें अंत हत्यें जन्म दारिद्रं महाविख्यातं निकंत सगल सिमरंत हर नाम नानक जैसे पावक काष्ट पसमन करो। जन्मा जन्मा के दुख जन्मा जन्मा के पाप जन्मा जन्मा की हत्या जिन्हें लकड़ा के ढेर अग की कोई चंगारी काफी होंगी है। जब मनुख श्रद्धा न कहें सतनाम श्री वाहिगुरु जन्मा जन्मा के पाप असम हो जाया करते हैं। महाराज का लख लख धन्यवाद है जिन्हां ने परिवार को यह खुशियां बख्शियां ने लख खुशियां पातशाहियां जे सतगुर नजर करे। अगर सिख का विश्वास होवे तो महाराज तो कहिंदे ने जो मांगै ठाकर अपने ते सोई सोई देवै नानक दास मुख ते जो बोले इहां उहां सच होवै। श्री गुरु नानक देव जी महाराज ने दस जामे धार के ऐ शानदार सिखी का बूटा लाया और दसवें जामे विच संपूर्ण खालसा साजिया खंडे का अमृत दे के नवी जिंदगी बख्श दिती। गुरसंगत कीनी खालसा जिवें श्री गुरु नानक देव जी महाराज ने गद्दी दे के भाई लहणे अपना रूप बना लिया इसे तरह श्री गुरु गोबिंद सिंह जी महाराज ने श्री गुरु ग्रंथ साहिब की ताबिया पंथ विच अपनी जोत बख्श दिती। कह लगे ये शरीर पंथ विच है जोत ग्रंथ विच जिहड़ा श्री गुरु ग्रंथ साहिब के चरणों में सिर चुकाउंदा है
ਉਹਦਾ ਲੋਕ ਵੀ ਸੁਖੀ ਉਹਦਾ ਪਰਲੋਕ ਵੀ ਸੁਖੀ। ਕੁਝ ਲੋਕ ਪਿੰਡ ਜੀ ਨੂੰ ਸੱਚੀ ਬਾਣੀ ਕਿਉਂ ਕਹਿੰਦੇ ਨੇ? ਇਹ ਦੁਨੀਆ ਦੀਆਂ ਕਹਾਣੀਆਂ ਸ਼ੁਰੂ ਹੁੰਦੀਆਂ ਨੇ ਔਰ ਮਿਟ ਜਾਂਦੀਆਂ ਨੇ। ਇੱਥੇ ਲੱਖਾਂ ਰਾਜੇ ਹੋਏ, ਬਾਦਸ਼ਾਹ ਹੋਏ, ਔਰ ਸਦਾ ਅਟਲ ਰਹਿਣ ਵਾਲੀ ਹਸਤੀ ਹੈ ਵਾਹਿਗੁਰੂ ਜੀ। ਮਹਾਰਾਜ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਕੀ ਸੱਚ ਨਾਮ ਹੋਸੀ ਦੀ ਸੱਚ। ਤੇ ਇਹ ਸਾਰੀ ਸੱਚ ਦੀ ਵਿਆਖਿਆ, ਇਸ ਵਾਸਤੇ ਇਹਨੂੰ ਸੱਚੀ ਬਾਣੀ ਕਹਿੰਦੇ ਨੇ। ਇਸ ਧਰਤੀ ਉੱਤੇ ਚਾਰ ਵੇਦ ਰਚੇ ਗਏ, ਛੇ ਸ਼ਾਸਤਰ, 27 ਸਿਮਰਤੀਆਂ, 18 ਪੁਰਾਣ, ਉਪਨਿਸ਼ਦਾਂ, ਗੀਤਾ, ਰਾਮਾਇਣ ਰਚੀ ਗਈ, ਪੁਰਾਣ, ਬਾਈਬਲ, ਬਹੁਤ ਧਾਰਮਿਕ ਗ੍ਰੰਥ ਨੇ। ਪਰ ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਹਨਾਂ ਨੂੰ ਗੁਰੂ ਦੀ ਪਦਵੀ ਮਿਲੀ ਹੈ, ਵਰਨਾ ਕਿਸੇ ਗ੍ਰੰਥ ਨੂੰ ਗੁਰੂ ਦੀ ਪਦਵੀ ਨਹੀਂ ਮਿਲੀ। ਇਹਦੇ ਵਿੱਚ ਨਿਰੋਲ ਸੱਚ ਦੀ ਵਿਚਾਰ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਨੂੰ ਆਪਣਾ ਰੂਪ ਬਖਸ਼ਿਆ, ਆਪਣਾ ਅਧਿਕਾਰ ਬਖਸ਼ਿਆ, ਆਪਣਾ ਬਾਣਾ ਬਖਸ਼ਿਆ। ਖਾਲਸੇ ਦੀ ਸਿਫਤ ਵਿੱਚ ਬਾਬਾ ਸੁਮੇਰ ਸਿੰਘ ਜੀ ਚਾਰ ਲਾਈਨਾਂ ਬੜੀਆਂ ਕਮਾਲ ਦੀ ਕਹਿ ਗਏ ਨੇ। ਕਹਿੰਦੇ ਨੇ, ਜੈਸੇ ਸਹਿਸ ਮਾਨਸ ਮੈਂ ਧਰਮੀ ਮਨੁੱਖ ਕੋ ਏਕ ਹੋਤ ਯਹ ਪੰਡਿਤ ਵੇਦ ਹਰ ਹੈ, ਕੋਟ ਧਰਮੀਨ ਮੈਂ ਵਿਖਿਆ ਵਰਕਤ ਏਕ, ਕੋਟ ਵਿਖਿਆ ਵਰਕਤ ਮੈਂ ਏਕ ਗਿਆਨ ਵਰਕ, ਕੋਟਕ ਗਿਆਨੀ ਮੈਂ ਵਿਗਿਆਨੀ ਤੋ ਸੁਮੇਰ ਸਿੰਘ, ਕੋਟਕ ਵਿਗਿਆਨੀਆਂ ਮੈਂ ਕਹੀਤ ਡਰ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋ ਤਤ ਭਾਸੀ ਸੂਰਾ, ਦੁਰਲਭ ਕਹੂ ਜਗ ਮੈਂ ਏਕ ਨਰ। ਬਾਬਾ ਸੁਮੇਰ ਸਿੰਘ ਜੀ ਕਹਿੰਦੇ ਨੇ, ਹਜ਼ਾਰਾਂ ਬੰਦਿਆਂ ਵਿੱਚੋਂ ਇੱਕ ਧਰਮੀ ਬੰਦਾ ਹੁੰਦਾ। ਧਰਮ ਦੀਆਂ ਨਿਸ਼ਾਨੀਆਂ ਪੰਡਿਤ ਹਰਦਿਆਲ ਨੇ ਸਾਰ ਕਤਾਵਲੀ ਵਿੱਚ 10 ਲਿਖੀਆਂ ਨੇ। ਉਹ ਕਹਿੰਦੇ ਨੇ, ਖਿਮਾ, ਅਹਿੰਸਾ, ਦਇਆ, ਮ੍ਰਿਗ, ਸੱਤ, ਬਚਨ, ਤਪ, ਦਾਨ, ਸੀਲ, ਸੋਚ, ਕ੍ਰਿਸ਼ਨਾ ਬਿਨਾਂ ਧਰਮ ਲਿੰਗ 10 ਜਾਣ। ਜਿਹਦੇ ਵਿੱਚ ਇਹ 10 ਨਿਸ਼ਾਨੀਆਂ ਨੇ ਉਹ ਧਰਮੀ ਬੰਦਾ ਹੈ। ਤੇ ਬਾਬਾ ਜੀ ਕਹਿੰਦੇ ਨੇ, ਹਜ਼ਾਰਾਂ ਧਰਮੀਆਂ ਵਿੱਚੋਂ ਇੱਕ ਵਿਸ਼ਿਆ ਵਰਕਤ ਹੁੰਦਾ ਹੈ ਜਿਹੜਾ ਸੰਸਾਰ ਦੇ ਵਿਸ਼ਿਆਂ ਤੋਂ ਉਪਰਾਮ ਹੋ ਜਾਏ। ਇੱਥੇ ਜੋਗਾ ਸਿੰਘ ਵਰਗੇ ਡੋਲਦੇ ਵੇਖੇ ਗਏ, ਵਿਆਸ ਰਿਸ਼ੀ ਵਰਗੇ ਡੋਲਦੇ ਵੇਖੇ ਗਏ। ਬਾਬਾ ਜੀ ਕਹਿੰਦੇ ਨੇ, ਹਜ਼ਾਰਾਂ ਧਰਮੀਆਂ ਵਿੱਚੋਂ ਇੱਕ ਮਨੁੱਖ ਹੁੰਦਾ ਹੈ ਜਿਹੜਾ ਸੰਸਾਰ ਦੇ ਵਿਸ਼ਿਆਂ ਨੂੰ ਤਿਆਗ ਕੇ ਵਿਸ਼ਿਆ ਵਰਕਤ ਹੋ ਜਾਏ। ਤੇ ਹਜ਼ਾਰਾਂ ਵਿਸ਼ਿਆ ਵਰਕਤਾਂ ਵਿੱਚੋਂ ਇੱਕ ਗਿਆਨੀ ਹੁੰਦਾ ਹੈ। ਬਾਬਾ ਜੀ ਕਹਿੰਦੇ ਨੇ, ਹਜ਼ਾਰਾਂ ਗਿਆਨੀਆਂ ਵਿੱਚੋਂ ਇੱਕ ਵਿਗਿਆਨੀ ਹੁੰਦਾ, ਤੇ ਹਜ਼ਾਰਾਂ ਵਿਗਿਆਨੀਆਂ ਵਿੱਚੋਂ ਬਾਬਾ ਸੁਮੇਰ ਸਿੰਘ ਜੀ ਕਹਿੰਦੇ ਨੇ, ਮੈਂ ਡਰ ਕੇ ਆਖਣ ਦਾ ਹਈਆ ਕਰਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਦੇ ਸਿਧਾਂਤ ਨੂੰ ਸਮਝਣ ਵਾਲਾ ਇੱਕ ਖਾਲਸਾ ਹੋਇਆ ਕਰਦਾ। ਔਰ ਦਸਵੇਂ ਪਾਤਸ਼ਾਹ ਨੇ ਕਿਹਾ, ਖਾਲਸਾ ਮੇਰਾ ਰੂਪ ਹੈ ਖਾਸ। ਅੱਜ ਮੈਂ ਤੁਹਾਨੂੰ ਇੱਕ ਖਾਲਸੇ ਦੀ ਕਹਾਣੀ ਪੇਸ਼ ਕਰਨੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਲੀਡਰ ਨਹੀਂ ਕਹਿ ਸਕਦੇ, ਉਹ ਸਾਡੇ ਮਾਲਕ ਸਨ, ਉਹ ਸਾਡੇ ਰਚਣਹਾਰ ਸਨ। ਕੌਮ ਨੇ ਪਹਿਲਾ ਲੀਡਰ ਪੈਦਾ ਕੀਤਾ ਹੈ ਬੰਦਾ ਸਿੰਘ ਬਹਾਦਰ, ਕੌਮ ਦਾ ਬੇਤਾਜ ਬਾਦਸ਼ਾਹ। ਉਹਨਾਂ ਦੇ ਜੀਵਨ ਉੱਤੇ ਵਿਚਾਰ ਕਰਨੀ ਹੈ। ਖੰਡੇ ਦਮ ਛੱਕ ਕੇ ਖਾਲਸਾ ਬਣੇ। ਗੁਰਦੇਵ ਕਹਿੰਦੇ ਨੇ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਔਰ ਪ੍ਰਾਣ। ਮੇਰੀ ਜਾਨ ਸ਼ਬਦ ਉਰਦੂ ਵਾਲੇ ਉੱਥੇ ਵਰਤਦੇ ਨੇ ਜਿੱਥੇ ਬਹੁਤ ਪਿਆਰ ਹੋ। ਤੁਮਨੇ ਕਿਸੇ ਦੀ ਜਾਨ ਜਾਤੀ ਦੇਖੀ ਹੈ? ਉਸਦੀ ਮਹਿਬੂਬਾ ਜਾ ਰਹੀ ਸੀ, ਕਹਿਣ ਲੱਗਾ ਵੋ ਮੇਰੀ ਜਾਨ ਜਾ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਔਰ ਪ੍ਰਾਣ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਪੈਰ ਬਿਰਦ, ਖਾਲਸਾ ਮੇਰੋ ਇਸ਼ਟ ਸੁਹਿਰਦ, ਹਾਂ ਖਾਲਸੇ ਕਾ ਖਾਲਸਾ ਮੇਰ ਓਤ ਪੋਤ ਸਾਗਰ ਬੁੰਦੇ। ਖਾਲਸਾ ਨਿਮਰਤਾਵਾਨ ਸੀ ਲੇਕਿਨ ਕਮਜ਼ੋਰ ਨਹੀਂ ਸੀ। ਖਾਲਸਾ ਬਹਾਦਰ ਸੀ ਪਰ ਹੰਕੜ ਵਾਲਾ ਨਹੀਂ ਸੀ। ਖਾਲਸਾ ਸਵੈਮਾਨੀ ਸੀ ਪਰ ਹੰਕਾਰੀ ਨਹੀਂ ਸੀ। ਖਾਲਸਾ ਅਣਖੀਲਾ ਸੀ ਪਰ ਕਮੀਨਾ ਨਹੀਂ ਸੀ। ਖਾਲਸਾ ਹਥੀਲਾ ਸੀ ਪਰ ਜ਼ਿੱਦੀ ਨਹੀਂ ਸੀ। ਖਾਲਸਾ ਭੋਲਾ ਸੀ ਪਰ ਮੀਸਣਾ ਨਹੀਂ ਸੀ।
खालसा सियाना सी, खालसा दूर कुरैशी सी, खालसा मुहिमी सी, खालसा कानूनी सी, खालसा सच दे जंग दा प्रहर रखवा सी, खालसा जुल्म ते टके शाही दा मैरी सी। एक खालसे दा सूर है पहले मारना नहीं ते पिछों टलना नहीं, आप डरना नहीं किसे नु डराना नहीं। मारन वाला जालम है, मार खान वाला बुजदिल है, डराण वाला दुष्ट है, डरन वाला कायर है। दोवें अज्ञानी ने गुरु गोबिंद सिंह के बाप ने कहा, पहे काहू को देख ले न पैमान तो आन, तो मानक सुन रे वाला ज्ञानी कहे। हजूर ने ज्ञानी खालसा साजिया जिंदगी दिया मुश्किलों जी आया क्या। सब तो पहले श्री गुरु गोबिंद सिंह महाराज के चरणों में निष्कार है, कुछ लाइना ताजी वीर पेश कर रहे हैं कि चलने दुख दशमेश ने देश बदल। Ah!
Time!